ਦੋਸਤੋ ਇਹ ਵੀਡੀਓ ਦਾ ਪਾਰਟ ਨੰਬਰ 2 ਆ ਇਸ ਵੀਡੀਓ ਦੇ ਵਿੱਚ ਕੱਲ ਜਿਹੜਾ ਤੁਹਾਡਾ ਪੇਪਰ ਹੋਣ ਜਾ ਰਿਹਾ ਵਾ 17 ਫਰਵਰੀ ਨੂੰ ਪੰਜਾਬੀ B ਦਾ ਉਹਦਾ ਅੱਧਾ ਅਸੀਂ ਰਹਿ ਗਿਆ ਸੀਗਾ ਪਸ਼ਾਂਤੀ ਕਾਸ ਪੇਪਰ ਦੇ ਵਿੱਚੋਂ ਵੀਡੀਓ ਕੱਟ ਹੋ ਗਈ ਸੀਗਾ ਥੋੜਾ ਜਿਆਦਾ ਰਹਿ ਗਿਆ ਸੀਗਾ ਤੇ ਉਹ ਕਰਾ ਦਿੰਨੇ ਆ ਤੁਹਾਨੂੰ ਤੇ ਪਲੱਸ ਇਸ ਵੀਡੀਓ ਦੇ ਵਿੱਚ ਪਿਛਲੇ ਸਾਲ ਦਾ ਜਿਹੜਾ ਬੋਰਡ ਦਾ ਕੁਐਸਚਨ ਪੇਪਰ ਆ 2023 ਦੇ ਵਿੱਚ ਪੰਜਾਬੀ B ਦਾ ਜਿਹੜਾ ਪੇਪਰ ਆਇਆ ਸੀਗਾ ਉਹ ਵੀ ਅਸੀਂ ਸੋਲਵ ਕਰ ਲਿਆ ਵਾ ਤੇ ਹੁਣ ਤੁਹਾਡੀ ਚੰਗੀ ਤਰ੍ਹਾਂ ਆਪਾਂ ਤਿਆਰੀ ਕਰਾ ਦਿੰਨੇ ਆ ਤਾਂ ਆਪਾਂ ਜਿਹੜਾ ਹੈਗਾ ਵਾ ਆਹ ਕਰ ਚੁੱਕੇ ਸੀਗੇ ਉਸ ਤੋਂ ਬਾਅਦ ਆਪਾਂ ਇਹ ਕਰਨਾ ਸੀਗਾ ਆਪਣੇ ਜੀਵਨ ਜਿਹੜੇ ਇੱਕੇ ਸਮੇਂ ਹੁਣ ਸਮਕਾਲੀ ਕਿਸੇ ਕਲਾਕਾਰ ਜਾਂ ਫਿਰ ਲੇਖਕ ਦੀ ਸਭ ਤੋਂ ਉੱਤਮ ਰਚਨਾ ਕਿਹੜੀ ਹੁੰਦੀ ਹੈ ਸ਼ਾਕਾਰ ਜਦੋਂ ਸਾਰਿਆਂ ਦੀ ਗੱਲ ਇੱਕ ਹੀ ਹੋਵੇ ਤਾਂ ਸਰਵਸੰਮਤੀ ਕਿਸੇ ਖਾਸ ਆਦਮੀ ਕੋਲੋਂ ਮਿਲਣ ਵਾਲੀ ਮੱਝ ਜਾਂ ਫਿਰ ਗਾਹ ਤਾਂ ਹੱਥਲ ਜਿਹੜਾ ਬਹੁਤਾ ਗੱਲਾਂ ਕਰੇ ਗਾਲੜੀ ਉਹ ਕਿਰਤ ਧਰਤੀ ਜਿਸ ਦੀ ਸਿੰਜਾਈ ਦਾ ਕੋਈ ਪ੍ਰਬੰਧ ਨਾ ਹੋਵੇ ਬੰਜਰ ਪਹਿਲਾ ਜੰਮਾ ਜਿਹੜੀ ਹੈਗੀ ਹੈ ਜੰਮੀ ਧੀ ਮੁੰਡਾ ਤਾਂ ਪਟਿਹਰੀ ਸੌਰੀ ਪਲੇਠੀ ਜਾਂ ਫਿਰ ਪਲੇਠਾ ਮੌਤ ਤੋ ਸਾਲ ਬਾਅਦ ਆਈ ਉਹੀ ਤਰੀਕ ਵਰਿੰਨਾ ਤੇ ਬਦੋ ਬਦੀ ਅੱਗੋ ਹੋ ਕੇ ਮੁਹਰੀ ਬਨਣ ਵਾਲਾ ਖੜਪੈੰਦ ਜਿਹੜਾ ਤੋਖਾ ਦੇ ਜਾਵੇ ਅਤੇ ਔਖੇ ਵੇਲੇ ਸਾਥ ਛੱਡ ਜਾਵੇ ਗਦਦਾਰ ਜੋ ਕਦੇ ਥੱਕੇ ਨਾ ਅਣਥੱਕ ਬਹੁਤ ਹੀ ਕੰਮਾ ਨਲ ਸਬੰਧ ਰੱਖਣ ਵਾਲਾ ਬਹੁਕੌਮੀ ਜਦੋਂ ਰਾਜ ਵਿੱਚ ਹਿਰਾਫੇਰੀ ਭਾਈ ਭਤੀਜਾ ਬਾਦ ਤੇ ਆਪਣਾ ਪੈਸੇ ਦਾ ਬੋਲਬਾਲਾ ਹੋਵੇ ਤਾਂ ਇਸ ਦਾ ਅਨਸਰ ਆਏਗਾ ਆਪਣਾ ਦੋਸਤੋ ਕੁੰਨ ਬਾਪ ਹਾਂਜੀ ਕੁੰਨ ਬਾਪਰ ਬਰੀ ਠੀਕ ਹੈ ਜੀ ਤਾਂ ਇਹ ਅਨਸਰ ਆਏਗਾ ਆਪਣਾ ਕੁੰਨ ਵਾਪਰ ਬਰੀ ਅੱਗੇ ਆਪਣਾ ਜਿਹੜੇ ਗੱਲ ਵਧਾ ਚੜਾ ਕੇ ਆਖੀ ਜਾਵੇ ਅਤਿਕਥਣੀ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਜਿਹੜਾ ਹਰ ਵੇਲੇ ਆਸ਼ਾਵਾਦੀ ਰਹੇ ਉਸ ਨੂੰ ਆਸ਼ਾਵਾਦੀ ਕਹਿੰਦੇ ਆ ਉਲਟ ਭਾਵੀ ਹੁਣ ਵਿਰੋਧੀ ਸ਼ਬਦ ਨੇ ਤੁਹਾਡੇ ਜਿਵੇਂ ਕਿ ਉਤਲਾ ਦਾ ਹੇਠਲਾ ਇਹ ਤੁਹਾਨੂੰ ਪਤਾ ਹੀ ਆ ਉੱਚਾ ਨੀਵਾ ਆਸਤਕ ਨਾਸਤਕ ਕਮੀਨਾ ਸਾਊ ਕਮਾਊ ਗਵਾਊ ਖਰਚਾ ਭੋਲਾ ਠੀਕ ਹੈ ਜੀ ਖਚਰਾ ਸੌਰੀ ਖਚਰਾ ਤੇ ਖਚਰਾ ਦਾ ਕੀ ਆ ਜਾਏਗਾ ਭੋਲਾ ਤੇ ਸਦੀਵੀ ਦਾ ਥੋੜਾ ਚਿਰ ਸੱਚ ਝੂਠ ਇੱਕਾ ਫੋਟ ਆਮਦਨ ਖਰਚ ਇੱਜ਼ਤ ਬੇਇੱਜ਼ਤੀ ਇਹ ਬਰੀ ਇਜ਼ੀ ਨੇ ਤੁਸੀਂ ਇਹਨਾਂ ਨੂੰ ਆਪ ਹੀ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ ਮੈਂ ਸਕਰੀਨ ਉੱਪਰ-नीचे ਕਰ ਰਿਹਾ ਹਾਂ ਤਾਂ ਕਿ ਤੁਸੀਂ ਇੱਕ ਵਾਰੀ ਹੀ ਦੇਖੋ ਤਾਂ ਤੁਹਾਨੂੰ ਪਤਾ ਲੱਗ ਜੇ ਜਿਆਦਾ ਕੋਈ ਔਖਾ ਇਹ ਨਹੀਂ ਹੁੰਦਾ ਵਾ ਉਸ ਤੋਂ ਬਾਅਦ ਰਹਿ ਗਈ ਆ ਤੁਹਾਡਾ ਥੱਲੇ ਦੀਵਾਲੀ ਸੀਗੀ ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਆ ਦੀਵਾਲੀ ਦਾ ਜਿਹੜਾ ਹੈਗਾ ਤੁਹਾਡਾ ਲੇਖ ਸੀਗਾ ਇਹ ਠੀਕ ਹੈ ਜੀ ਤੇ ਇਹ ਤਾਂ ਤੁਸੀਂ ਹਜੇ ਵੀ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਤੁਹਾਡੇ ਸਾਹਮਣੇ ਇਹ ਸਕਰੀਨ ਚਾਲੂ ਆ ਉਸ ਤੋਂ ਬਾਅਦ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਹ ਦਿੱਤਾ ਹੋਇਆ ਸੀਗਾ ਲੇਖ ਇਹ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਹੀ ਕਰ ਲਿਆ ਸੀਗਾ ਚੰਗੀ ਤਰ੍ਹਾਂ ਤਾਂ ਇੱਕ ਵਾਰੀ ਤੁਸੀਂ ਦੇਖਣਾ ਵਾ ਤਾਂ ਤੁਸੀਂ ਨੂੰ ਗੋ ਥਰੂ ਕਰ ਸਕਦੇ ਹੋ ਆਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈਗਾ ਵਾ ਲੇਖ ਸੀ ਇਸ ਤੋਂ ਬਾਅਦ ਸ਼ਾਂਤੀ ਗੈਸ ਪੇਪਰ 32 ਪੇਜਾਂ ਤੇ ਇਹ ਸ਼ਾਂਤੀ ਗੈਸ ਪੇਪਰ ਸੀਗਾ ਇਹ ਨਿਊ ਵਾਲਾ ਸ਼ਾਂਤੀ ਗੈਸ ਪੇਪਰ ਹੈ ਨਾ ਕਿ ਪਿਛਲੇ ਸਾਲ ਦਾ YouTube ਤੇ ਕਾਫੀ ਵੀਡੀਓਜ਼ ਆ ਰਹੀਆਂ ਨੇ ਉਹ ਪੁਰਾਣੇ ਹੀ ਗੈਸ ਪੇਪਰ ਨੇ ਆਹ ਦੇਖ ਲਓ ਆ ਜਿਹੜੀ ਤੁਹਾਡੀ ਬਿਲਕੁਲ ਨਿਊ ਗੈਸ ਪੇਪਰ ਹੈ ਸ਼ਾਂਤੀ ਗੈਸ ਪੇਪਰ ਆਹ ਦੇਖ ਲਓ ਇੱਥੇ ਲ ਤੇ 2024 ਡਾਟਾ ਦੇਖ ਲਓ ਠੀਕ ਹੈ ਜੀ ਇਹ ਅੱਜ ਸਾਡੇ ਕੋਲ 16 17 ਨੂੰ ਪਹੁੰਚ ਗਿਆ ਸਾਡੇ ਕੋਲ ਤਾਂ ਇਸ ਵੀਡੀਓ ਦਾ ਦੋਸਤੋ ਇਹ ਹੋ ਗਿਆ ਇਹਦੇ ਵਿੱਚ ਆਪਾਂ ਸ਼ਾਂਤੀਗੱਤ ਪੇਪਰ ਤੁਹਾਨੂੰ ਪੂਰਾ ਕਰਾ ਚੁੱਕਿਆ ਪਾਰਟ 1 ਜਿਨ੍ਹਾਂ ਨੇ ਨਹੀਂ ਦੇਖਿਆ ਦੇਖ ਲਓ ਪਹਿਲਾਂ ਤੇ ਹਾਂ ਪਾਰਟ 2 ਮੈਂ ਬਣਾਇਆ ਸੀਗਾ ਸ਼ਾਂਤੀਗੱਤ ਪੇਪਰ ਦੇ ਲਈ ਪਲੱਸ ਹੁਣ ਇਸ ਵੀਡੀਓ ਦੇ ਵਿੱਚ ਇੱਕ ਬੋਰਡ ਦਾ ਪਿਛਲੇ ਸਾਲ ਦਾ ਕੁਐਸਚਨ ਪੇਪਰ ਆ ਉਹ ਵੀ ਅਸੀਂ ਸੋਲਵ ਜਿਹੜਾ ਕਿ ਕਰ ਲਿਆ ਤੇ ਹੁਣ ਉਹਦੀ ਤਿਆਰੀ ਤੁਹਾਨੂੰ ਕਰਾਨੀ ਆ ਚਲੋ ਤਾਂ ਦੇਖੋ ਦੋਸਤੋ ਇਹ ਉਹ ਵਾਲਾ ਕੁਐਸਚਨ ਪੇਪਰ ਆ ਕਿਉਂਕਿ ਪਿਛਲੇ ਸਾਲ ਬੋਰਡ ਦੇ ਵਿੱਚ ਆਇਆ ਸੀ ਪਿਛਲੇ ਸਾਲ ਵਿਦਿਆਰਥੀਆਂ ਨੂੰ ਆਹੀ ਵਾਲਾ ਕੁਐਸਚਨ ਪੇਪਰ ਆਇਆ ਸੀਗਾ ਤਾਂ ਇਹਦਾ ਹੱਲ ਅਸੀਂ ਲੈ ਕੇ ਆ ਚੁੱਕੇ ਆ ਠੀਕ ਹੈ ਜੀ ਤਾਂ ਇਹਦੀ ਤਿਆਰੀ ਚੰਗੀ ਤਰ੍ਹਾਂ ਕਰ ਲਓ ਕਿਉਂਕਿ ਪਿਛਲੇ ਸਾਲ ਆਇਆ ਵ ਤਾਂ ਕੁਛ ਨਾ ਕੁਛ ਪ੍ਰਸ਼ਨ ਜਿਹੜੇ ਹੈਗੇ ਆਪਾਂ ਨੂੰ ਆਉਣਗੇ ਇਸ ਸਾਲ ਵੀ ਤਾਂ ਦੇਖੋ ਕੀ ਇਹਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਮੁਰਣੀ ਕਿਹੜਾ ਵਚਨ ਹੈ ਤਾਂ ਇਕਵਚਨ ਹੈ ਅਸੀਂ ਪਰਦੇ ਸਾਂ ਤਾਂ ਵਾਕ ਵਿੱਚ ਕਿਹੜਾ ਕਾਲ ਰੂਪ ਹੈ ਤਾਂ ਪੂਤਕਾਲ ਤੇ ਉਸ ਤੋਂ ਬਾਅਦ ਹੈ ਆਪਣਾ ਦੇਖੋ ਅੱਗੇ ਹੈ ਆਪਣਾ ਦੋਸਤੋ ਤੁਹਾਨੂੰ ਲੱਗਦਾ ਕੀ ਇਹਦਾ ਅਸੀਂ ਅਸੀਂ ਪੜਦੇ ਸਾਂ ਇਹਦਾ ਜਿਹੜਾ ਹੈਗਾ ਕੁਝ ਹੋਰ ਆਏਗਾ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜਰੂਰ ਦੱਸਿਓ ਅੱਗੇ ਗੁਆਚਣਾ ਸ਼ਬਦ ਦਾ ਵਿਰੋਧਾਰਥਕ ਸ਼ਬਦ ਲਿਖੋ ਲੱਭਣਾ ਤਾਂ ਕਿਸੇ ਲੇਖ ਦੀ ਸਭ ਤੋਂ ਉੱਤਮ ਰਚਨਾ ਤਾਂ ਬਹੁਤੇ ਸ਼ਬਦਾ ਜਿਹਾ ਕਿ ਸ਼ਬਦ ਸ਼ਾਕਰ ਨਿਰਮਲ ਦਾ ਜਿਹੜਾ ਹੈਗਾ ਵਾ ਸਮਾਨਾਰਥਿਕ ਸ਼ਬਦ ਕੀ ਹੋਏਗਾ ਸਾਫ ਸੁਥਾ ਸਾਫ ਸੁਧ ਤੇ ਸੁਥਰਾ ਠੀਕ ਹੈ ਜੀ ਉਸ ਤੋਂ ਬਾਅਦ ਹੈ ਆਪਣਾ ਵਿਆਕਰਨ ਦਾ ਕਿਹੜਾ ਅੰਗ ਅਰਥਾ ਦੇ ਅਧਿਐਨ ਨਾਲ ਸੰਬੰਧਿਤ ਹੈ ਅਰਥਬੋਧ ਉਸ ਤੋਂ ਬਾਅਦ ਹੈ ਆਪਣਾ ਹੇਠ ਲਿਖਿਆ ਵਾਕਾਂ ਨੂੰ ਲੋੜਿੰਦੇ ਵਿਰਾਮ ਚਿੰਨ ਲਗਾਓ ਪਾਪਾ ਵੀਰ ਆ ਗਿਆ ਹੈ ਤਾਂ ਇਸ ਨੂੰ ਆਪਾਂ ਲਿਖਾਂਗੇ ਪਾਪਾ ਆਹ ਜਿਹੜਾ ਹੈਗਾ ਤੁਹਾਡਾ ਲਾਇਆ ਹੋਇਆ ਵਾ ਵਿਰਾਮ ਚਿੰਨ ਵੀਰ ਆ ਗਿਆ ਹੈ ਜਾਂ ਫਿਰ ਦੋਸਤੋ ਪਾਪਾ ਜਿਹੜਾ ਇਹ ਤੁਹਾਡਾ ਚਿੰਨ ਲਾਇਆ ਹੋਇਆ ਵਾ ਇਹ ਵੀਰ ਆ ਗਿਆ ਹੈ ਦੋਨਾਂ ਵਿੱਚੋਂ ਕੋਈ ਇੱਕ ਆਨਸਰ ਇਸ ਦਾ ਹੋਵੇਗਾ ਅੱਗੇ ਆਪਣਾ ਤੁਹਾਨੂੰ ਇਸ ਦਾ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਉਹ ਦੱਸ ਦੇਵੋ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਭਾਸ਼ਾ ਕਿਸ ਨੂੰ ਕਹਿੰਦੇ ਹਨ ਇਸ ਤੋਂ ਭਾਵ ਹੈ ਮੂੰਹ ਵਿੱਚੋਂ ਨਿਕਲਣ ਵਾਲੀਆਂ ਜਿਨ੍ਹਾਂ ਆਵਾਜ਼ਾਂ ਰਾਹੀਂ ਮਨੁੱਖ ਆਪਣੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ ਉਸ ਨੂੰ ਭਾਸ਼ਾ ਜਾਂ ਫਿਰ ਬੋਲੀ ਕਹਿੰਦੇ ਹਨ ਪੰਜਾਬੀ ਵਿੱਚ ਸਵਰਤ ਹਣੀਆਂ ਕਿਹੜੀਆਂ ਹਨ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਆਹ ਜਿਹੜੀਆਂ ਤੁਹਾਡੀਆਂ ਨੇ ਕੀ ਹਨ ਸਵਰਤ ਹਣੀਆਂ ਹਨ ਜੋ ਕਿ ਇੱਥੇ ਲਿਖੀਆਂ ਹੋਈਆਂ ਹਨ ਅੱਗੇ ਆਪਣਾ ਮੇਲਣ ਸ਼ਬਦ ਦਾ ਪੁਲਿੰਗ ਰੂਪ ਕੀ ਹੋਏਗਾ ਮੇਲੀ ਉਸ ਤੋਂ ਬਾਅਦ ਹੈ ਆਪਣਾ ਦੇਖੋ ਅੱਖੀ ਡਿਟਾ ਮੇਲਾ ਤਾਂ ਇਹਦਾ ਜਿਹੜਾ ਹੈਗਾ ਵਾ ਆਨਸਰ ਆ ਰਿਹਾ ਦੋਸਤੋ ਅੱਖੀ ਡਿਟਾ ਮੇਲਾ ਤਾਂ ਦੇਖੋ ਵਿਸਾਖੀ ਦਾ ਕ੍ਰੈਡਿਟਾ ਮੇਲਾ ਜਾਣ ਪਛਾਣ ਮੇਲਾ ਦੇਖਣ ਜਾਣਾ ਇਤਿਹਾਸਿਕ ਪਿਛੋਕੜ ਕੀ ਹੈ ਤੁਸੀਂ ਰੀਡ ਕਰ ਸਕਦੇ ਹੋ ਆਹ ਇਸ ਦਾ ਆਨਸਰ ਹੈ ਮੇਲੇ ਦਾ ਦਰਿਸ਼્ય ਉਸ ਤੋਂ ਬਾਅਦ ਜਿਹੜਾ ਹੈਗਾ ਜਾਦੂਗਰ ਦਾ ਖੇਲ ਪੰਗੜਾ ਤੇ ਮੈਚ ਲੜਾਈ ਤੇ ਫਗਦਰ ਤੁਸੀਂ ਇਹਨਾਂ ਪੁਆਇੰਟਾਂ ਨੂੰ ਰੀਡ ਕਰਕੇ ਲਿਖ ਦੇਣਾ ਵਾ ਅੱਗੇ ਮੋਬਾਈਲ ਫੋਨ ਦਾ ਵੱਡਾ ਰੁਝਾਨ ਤਾਂ ਇਹਦਾ ਆਨਸਰ ਵੀ ਆਪਾਂ ਚਲੋ ਦੇਖ ਲੈਂਦੇ ਆ ਮੋਬਾਈਲ ਫੋਨ ਆ ਰਿਹਾ ਦੋਸਤੋ ਮੋਬਾਈਲ ਫੋਨ ਦਾ ਯੁੱਗ ਸੰਚਾਰ ਦਾ ਹਰਮਨ ਪਿਆਰਾ ਸਾਧਨ ਵਾ ਨੌਜਵਾਨ ਵਿੱਚ ਵੱਡਾ ਪ੍ਰਚਲਨ ਆਮ ਲੋਕਾਂ ਦੀ ਵਿੱਚ ਵਰਤੋਂ ਹੁੰਦਾ ਵਾ ਸੰਚਾਰ ਦਾ ਹਰਮਨ ਪਿਆਰਾ ਸਾਧਨਾ ਠੀਕ ਹੈ ਜੀ ਆਰਥਿਕ ਉન્નਤੀ ਦਾ ਸਾਧਨਾ ਮੋਬਾਈਲ ਉਸ ਤੋਂ ਬਾਅਦ ਦਿਲ ਪਰਚਾਵੇ ਦਾ ਸਾਧਨ ਵੀ ਆ ਵਪਾਰਕ ادارے ਨੂੰ ਲਾਭ ਵੀ ਹੁੰਦਾ ਵਾ ਮੋਬਾਈਲ ਦੇ ਨਾਲ ਜੁਰਮ ਪੜਤਾਲੀ ਏਜੰਸੀਆਂ ਲਈ ਸਾ ਹੈ ਕਾ ਟੈਲੀਵੀਜ਼ਨ ਅਤੇ ਰੇਡੀਓ ਦਾ ਪੂਰਕ ਆ ਸਮਾਜ ਵਿਰੋਧੀ ਅੰਸ਼ਰਾ ਦੇ ਹੱਤਾਂ ਵਿੱਚ ਵਿਦਿਆਰਥੀਆਂ ਵਿੱਚ ਜਿਹੜੀ ਅਸ਼ੀਲਤਾ ਦਾ ਪ੍ਰਸਾਰ ਇਹ ਕਰਦੀ ਹੈ ਸਿਹਤ ਲਈ ਹਾਨੀਕਾਰਕ ਆ ਦੋਸਤੋ ਠੀਕ ਹੈ ਜੀ ਪੈਸੇ ਬਟੋਰੂ ਕੰਪਨੀਆਂ ਦੀ ਲੁੱਟ ਹੋ ਜਾਂਦੀ ਆ ਪੈਸੇ ਬਟੋਰੂ ਕੰਪਨੀਆਂ ਦੀ ਲੁੱਟ ਲੁੱਟ ਲੈਂਦੇ ਨੇ ਬੰਦਿਆਂ ਨੂੰ ਕਤਾਵਰਣ ਵਿੱਚ ਖੱਲਲਾ ਦੁਰਘਟਨਾ ਦਾ ਖਤਰਾ ਵਾ ਠੀਕ ਹੈ ਜੀ ਫੋਨ ਲੋਕਪ੍ਰੀਆ ਵਾ ਤੇ ਆਪਣਾ ਸਾਰ ਅੰਸ਼ ਇੱਥੇ ਹੋ ਗਿਆ ਤੁਸੀਂ ਇਸ ਨੂੰ ਦੇਖ ਲਿਆ ਹੋਣਾ ਉਸ ਤੋਂ ਬਾਅਦ ਆਪਣਾ ਹੈਗਾ ਵਾ ਤੁਹਾਡਾ ਕੀ ਲਾਇਬ੍ਰੇਰੀ ਠੀਕ ਹੈ ਜੀ ਤਾਂ ਇਸ ਦਾ ਆਨਸਰ ਵੀ ਆਪਾਂ ਚਲੋ ਦੇਖਨੇ ਨੇ ਆ ਲਾਇਬ੍ਰੇਰੀ ਦਾ ਤੇ ਸਭ ਤੋਂ ਪਹਿਲਾਂ ਆਪਾਂ ਨਾਨਕ ਸਿੰਘ ਨਾਵਲਕਾਰ ਦਾ ਇਹ ਕਰ ਲੈਨੇ ਆ ਆਰਿਆ ਦੋਸਤੋ ਨਾਨਕ ਸਿੰਘ ਨਾਲ ਜਿਹੜਾ ਸੀਗਾ ਆਪਣਾ ਦੋਸਤੋ ਆਰਿਆ ਹਾਂਜੀ ਨਾਵਲਕਾਰ ਨਾਨਕ ਸਿੰਘ ਤਾਂ ਇਹ ਉਹਨਾਂ ਦਾ ਆਨਸਰ ਆ ਇਹ ਤੁਸੀਂ ਇਸ ਨੂੰ ਵੀ ਰੀਡ ਕਰ ਸਕਦੇ ਹੋ ਚੰਗੀ ਤਰ੍ਹਾਂ ਨਾਨਕ ਸਿੰਘ ਨਾਵਲਕਾਰ ਜੋੜੇ ਸੀਗੇ ਉਹਨਾਂ ਦਾ ਇਹ ਜਿਹੜਾ ਹੈਗਾ ਵਾ ਲੇਖ ਹੈ ਤੁਸੀਂ ਪੂਰਾ ਹੀ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਆਪਣਾ ਪੁੱਛਿਆ ਇਹਨਾਂ ਨੇ ਕਿਹੜਾ ਹਾਂਜੀ ਲਾਇਬ੍ਰੇਰੀ ਰਹਿ ਗਿਆ ਆਪਣਾ ਇਹ ਕਰ ਲੈਨੇ ਆ ਲਾਇਬ੍ਰੇਰੀ ਤਾਂ ਲਾਇਬ੍ਰੇਰੀ ਥੱਲੇ ਇੱਥੇ ਸੀਗਾ ਆ ਰਿਹਾ ਦੋਸਤੋ ਅਸੀਂ ਪਹਿਲਾਂ ਤੋਂ ਹੀ ਲੰਬ ਕੇ ਰੱਖਿਆ ਹੋਇਆ ਵਾ ਆ ਰਿਹਾ ਲਾਇਬ੍ਰੇਰੀ ਠੀਕ ਹੈ ਜੀ ਤਾਂ ਜਾਣ ਪਛਾਣ ਪੁਸਤਕਾਂ ਦਾ ਮੰਦਿਰ ਆ ਲਾਇਬ੍ਰੇਰੀ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਵਾ ਤੇ ਇਹੀ ਤੁਸੀਂ ਲਿਖ ਕੇ ਆਉਣਾ ਵਾ ਅਗਰ ਤੁਹਾਨੂੰ ਆ ਜਾਂਦਾ ਵਾ ਲਾਇਬ੍ਰੇਰੀ ਤੋਂ ਬਿਨਾਂ ਸਕੂਲ ਜਾਂ ਕਾਲਜ ਜਿਹੜਾ ਹੈਗਾ ਚੰਗਾ ਨਹੀਂ ਲੱਗਦਾ ਗਿਆਨ ਦੇ ਦੇਵਤਿਆਂ ਦਾ ਸੋਮਾ ਵਾ ਲਾਇਬ੍ਰੇਰੀ ਦੀਆਂ ਕਿਸਮਾਂ ਕਿਹੜੀਆਂ ਹਨ ਤੇ ਇਹਨਾਂ ਦੇ ਲਾਭ ਕੀ ਨੇ ਜਿਵੇਂ ਕਿ ਤੁਸੀਂ ਹਾਰੀਟ ਕਰ ਸਕਦੇ ਹੋ ਉਸ ਤੋਂ ਬਾਅਦ ਸ਼ਾਰੰਸ ਤੁਸੀਂ ਆਹ ਦੇਖ ਸਕਦੇ ਹੋ ਇਹ ਇੱਥੇ ਤੁਹਾਡਾ ਇਹ ਖਤਮ ਹੋ ਗਿਆ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਵਾ ਨਾਨਕ ਸਿੰਘ ਨਾਵਲਕਾਰ ਵੀ ਹੋ ਗਿਆ ਆ ਵੀ ਹੋ ਗਿਆ ਆ ਵੀ ਹੋ ਗਿਆ ਅੱਗੇ ਬੇਰੁਜ਼ਗਾਰੀ ਦੀ ਸਮੱਸਿਆ ਤਾਂ ਬੇਰੁਜ਼ਗਾਰੀ ਕੀ ਹੈ ਦੋਸਤੋ ਬੇਰੁਜ਼ਗਾਰੀ ਦਾ ਅੱਜਕਲ ਹਰ ਇੱਕ ਬੱਚੇ ਨੂੰ ਪਤਾ ਹੈ ਕਿ ਬੇਰੁਜ਼ਗਾਰ ਕੀ ਠੀਕ ਹੈ ਜੀ ਤਾਂ ਆ ਰਿਹਾ ਦੋਸਤੋ ਬੇਰੋਜ਼ਗਾਰੀ ਹਾਂਜੀ ਬੇਰੋਜ਼ਗਾਰੀ ਦਾ ਪੈਰਾ ਜਿਹੜਾ ਹੈਗਾ ਵਾ ਲੇਖ ਠੀਕ ਹੈ ਜੀ ਬੇਰੋਜ਼ਗਾਰਾਂ ਦੀ ਗਿਣਤੀ ਅ ਉਸ ਤੋਂ ਬਾਅਦ ਇਹਨਾਂ ਦੇ ਕਾਰਨ ਦਿੱਤੇ ਹੋਏ ਹਨ ਆਬਾਦੀ ਦਾ ਵਧਣਾ ਗਰੀਬੀ ਬੇਰੋਜ਼ਗਾਰੀ ਦਾ ਕਾਰਨ ਹੈ ਉਪਾਅ ਕੀ ਕੀ ਹੋ ਸਕਦੇ ਹਨ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਰ ਅੰਸ਼ ਤਾਂ ਇੱਥੇ ਤੁਹਾਡਾ ਇਹ ਅੰਸਰ ਖਤਮ ਹੋ ਗਿਆ ਉਸ ਤੋਂ ਬਾਅਦ ਜੇ ਹੁਣ ਗੱਲ ਕਰੀਏ ਆਪਣੇ ਮਿੱਤਰ ਨੂੰ ਨੀਟ ਵਿੱਚ ਮੋਹਰੀ ਦਰਜਾ ਪ੍ਰਾਪਤ ਕਰਨ ਲਈ ਬਧਾਈ ਚਿੱਠੀ ਪੱਤਰ ਤੇ ਸੜਕਾ ਉੱਪਰ ਹੋ ਰਹੀਆਂ ਦੁਰਘਟਨਾਵਾਂ ਬਾਰੇ ਜਿਹੜਾ ਹੈਗਾ ਪੱਤਰ ਹੈ आ देखो दोस्तों जेड़ा है वा सब तो पहला आप जोड़ा है वा नीट बारे देख लिने जरा नीट का मोहरी दर्जा प्राप्त करने बारे लैटर लिखनी सी आप आ रहा यद आंसर आ रहा ठीक है जी आंसर तो हो जाएगा नीट वि मोहरी दर्जा प्राप्त करने वाले दंसर आीड कर सकते हो उसद तो सी अपना किसी सड़क उपर हो रही दुर्घटनाव बारे तो देखो सड़क उपर हो रही दुर्घटनाव बारे आ रहा सड़क उपर हो रही दुर्घटना बारे जानी नुकसान बारे ਤਾਂ ਤੁਸੀਂ ਰੀਡ ਕਰ ਸਕਦੇ ਹੋ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੈ ਠੀਕ ਹੈ ਜੀ ਤਾਂ ਇਹ ਪੂਰਾ ਦਾ ਪੂਰਾ ਆਨਸਰ ਤੁਸੀਂ ਨੋਟ ਕਰ ਸਕਦੇ ਹੋ ਜਾਂ ਫਿਰ ਪੜ੍ਹ ਸਕਦੇ ਹੋ ਜੋ ਵੀ ਤੁਹਾਨੂੰ ਲਾਈਨਾਂ ਯਾਦ ਰਹੀਆਂ ਬਣਾ ਕੇ ਜਿਹੜਾ ਹੈਗਾ ਪੇਪਰ ਦੇ ਵਿੱਚ ਲਿਖ ਦਿਓ ਕੋਈ ਜ਼ਰੂਰੀ ਨਹੀਂ ਕਿ ਸੇਮ ਹੀ ਲਾਈਨਾਂ ਹੋਣੀਆਂ ਚਾਹੀਦੀਆਂ ਹਨ ਆਪਣੇ ਕੋਲੋਂ ਵੀ ਆਪਾਂ ਬਣਾ ਕੇ ਲਿਖ ਸਕਦੇ ਆਂ ਅਗਰ ਤੁਹਾਨੂੰ ਚਾਤੇ ਹਨ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਬਾ ਤੁਹਾਡੇ ਤੋਂ ਹੈਗਾ ਬਾ ਸੰਖੇਪ ਰਚਨਾ ਪੁੱਛੀ ਗਈ ਹੈ ਲਗਭਗ 1/3 ਸ਼ਬਦਾਂ ਦੇ ਵਿੱਚ ਤੇ ਸਿਰਲੇਖ ਵੀ ਗੁਰੂ ਨਾਨਕ ਦਾ ਉਪਦੇਸ਼ ਸਰਬ ਸੰਸਾਰ ਲਈ ਸਾਂਝਾ ਤੇ ਆਏਗਾ ਵਾ ਠੀਕ ਹੈ ਜੀ ਤਾਂ ਦੇਖ ਲਓ ਆਹੀ ਹੈ ਤੁਹਾਡਾ ਗੁਰੂ ਨਾਨਕ ਦਾ ਉਪਦੇਸ਼ ਤਾਂ ਇਹਦਾ ਉੱਤਰ ਯਾਨੀ ਕਿ ਸਿਰਲੇਖ ਹੈਗਾ ਗੁਰੂ ਨਾਨਕ ਦਾ ਉਪਦੇਸ਼ ਸੰਖੇਪ ਰਚਨਾ ਜਿਵੇਂ ਕਿ ਤੁਸੀਂ ਇਹ ਰੀਡ ਕਰ ਸਕਦੇ ਹੋ ਇਹਦੀ ਸੰਖੇਪ ਰਚਨਾ ਵੀ ਇੱਥੇ ਥੱਲੇ ਲਿਖੀ ਹੋਈ ਆ ਤੁਸੀਂ ਇਸ ਨੂੰ ਵੀ ਰੀਡ ਕਰ ਲਓ ਸੰਖੇਪ ਰਚਨਾ ਕਿ ਗੁਰੂ ਨਾਨਕ ਦਾ ਉਪਦੇਸ਼ ਸਭ ਪ੍ਰਾਣੀਆਂ ਲਈ ਸਾਂਝਾ ਹੈ ਆਪ ਪਹਿਲਾ ਉਪਦੇਸ਼ ਆਪ ਦਾ ਪਹਿਲਾ ਉਪਦੇਸ਼ ਆਤਮਾ ਨੂੰ ਜਿਹੜਾ ਹੈਗਾ ਵਾ ਨਾਮਦਨ ਤੇ ਇਸ਼ਨਾਨ ਨਾਲ ਉन्नत ਕਰਨਾ ਹੈ ਦੂਸਰਾ ਉਪਦੇਸ਼ ਇਹ ਹੈ ਕਿ ਸਮਾਜ ਤੋਂ ਦੂਰ ਹੋ ਕੇ ਕਿਸੇ ਵਿਅਕਤੀਗਤ ਆਤਮਾ ਦਾ ਵਿਕਾਸ ਅਸੰਭਵ ਹੈ ਤੇਜਾ ਉਪਦੇਸ਼ ਹੈ ਕਿ ਇੱਕ ਇਨਸਾਨ ਖੁਦਗਰਜ਼ੀ ਤੇ ਹਮੇਉਦਾ ਤਿਆਗ ਤੇ ਸੰਜੀਵਲਤਾ ਵਿੱਚ ਵਿਚਰੇ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਆਪਣਾ ਤੁਹਾਡਾ ਹੈਗਾ ਵਾ ਕਰ ਪਰਿਵਾਰ ਤੋਂ ਇਲਾਵਾ ਯਾਨੀ ਕਿ ਆਹ ਜਿਹੜੇ ਹੈਗੇ ਤੁਹਾਨੂੰ 3 ਮਾਰਕਸ ਦੀ ਆਹ ਆਈ ਹੋਈ ਹੈ ਕਰ ਪਿਆਰ ਤੋਂ ਇਲਾਵਾ ਇਸ ਵਾਰ ਜਿਹੜਾ ਹੈਗਾ ਤੁਹਾਨੂੰ ਅਨਡਿਟਾ ਪੈਰਾ ਮੁਸ਼ਕਿਲ ਆ ਮੁਸ਼ਕਿਲ ਮਤਲਬ ਆਉਣਾ ਨਹੀਂਗਾ ਸ਼ਾਇਦ ਮਿਲਵਾਦਾ ਬਾਕੀ ਅਗਰ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਕਿ ਸਾਨੂੰ ਕਿਸ ਕਿਸਮ ਦੀ ਚੀਜ਼ ਇੱਕ ਨਹੀਂ ਹੋਣੀ ਚਾਹੀਦੀ ਹੈ ਤਾਂ ਇਸ ਦਾ ਆਨਸਰ ਜਿਹੜਾ ਹੈਗਾ ਵਾ ਇੱਥੇ ਹੀ ਹੋਣਾ ਵਾ ਹਾਂਜੀ ਆ ਦੇਖ ਸਕਦੇ ਹੋ ਇਹਦਾ ਆਨਸਰ ਤਾਂ ਇਹਦਾ ਆਨਸਰ ਦੋਸਤੋ ਇੱਥੇ ਆ ਕਿ ਸਾਨੂੰ ਜਿਹੜਾ ਹੈਗਾ ਵਾ ਹਾਂਜੀ ਸਾਨੂੰ ਆਪਣੀ ਗਲਤੀ ਸਵੀਕਾਰ ਕਰ ਲੈਣ ਵਿੱਚ ਕਿਸੇ ਵੀ ਕਿਸਮ ਦੀ ਚੀਜ਼ਕ ਨਹੀਂ ਹੋਣੀ ਚਾਹੀਦੀ ਹੈ ਕਈ ਵਾਰੀ ਅਸੀਂ ਗਲਤੀ ਮੰਨਣ ਤੋਂ ਇਨਕਾਰੀ ਕਿਉਂ ਹੋ ਜਾਂਦੇ ਹਾਂ ਕਿਉਂਕਿ ਦੋਸਤੋ ਅਸੀਂ ਜਿਹੜਾ ਹੈਗਾ ਵਾ ਇਸ ਨੂੰ ਆਪਣੀ ਅਣਖ ਨਾਲ ਜੋੜ ਲੈਂਦੇ ਹਾਂ ਤੀਸਰਾ ਸਮਾਜ ਵਿੱਚ ਜੜਦੇ ਹਾਂ ਕਈ ਵਾਰੀ ਸਾਡੇ ਕੋਲੋਂ ਕੀ ਹੋ ਜਾਂਦਾ ਹੈ ਤਾਂ ਬਈ ਸਮਾਜ ਵਿੱਚ ਵਿਚਰਦੇ ਸਾਡੇ ਕੋਲੋਂ अनेका ਗਲਤੀਆਂ ਹੋ ਜਾਂਦੀਆਂ ਹਨ ਇਹ ਇਹਦਾ ਆਨਸਰ ਹੋ ਗਿਆ ਉਸ ਤੋਂ ਬਾਅਦ ਆਪਣਾ ਦੇਖੋ ਪ੍ਰਸ਼ਨ ਕੀ ਮੁਹਾਵਰੇ ਨੇ ਮਤਲਬ ਠੀਕ ਹੈ ਜੀ ਇਹ ਤੁਹਾਨੂੰ ਆਹ ਹੈਗੀਆਂ ਨੇ ਮੁਹਾਵਰੇ ਤਾਂ ਦੇਖੋ ਸਭ ਤੋਂ ਪਹਿਲਾਂ ਕੀ ਹੈ ਕਾਂਜੀ ਕੋਲਣਾ ਤਾਂ ਇਹਦਾ ਆਨਸਰ ਕੀ ਆ ਜਾਏਗਾ ਦੋਸਤੋ ਆर्य ਆਪਣਾ ਕਾਂਜੀ ਕੋਲਣਾ ਯਾਨਕੀ ਬੇਸਵਾਦੀ ਕਰਨਾ ਜਦੋਂ ਸਾਡੇ ਘਰ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੰਤਾਂ ਤੂੰ ਉੱਥੇ ਜਾਇਦਾਦ ਦੇ ਝਗੜੇ ਦੀ ਗੱਲ ਛੇੜ ਕੇ ਕਿਉਂ ਕਾਂਜੀ ਕੋਲੀ ਉਸ ਤੋਂ ਬਾਅਦ ਹੈ ਆਪਣਾ ਖਾਨਿਓ ਜਾਣਾ ਠੀਕ ਹੈ ਜੀ ਤਾਂ ਖਾਨਿਓ ਜਾਣਾ ਤਾਂ ਦੇਖੋ ਇਹਦਾ ਆਨਸਰ ਕੀ ਆ ਜਾਏਗਾ ਆਪਣਾ ਭਈ ਕਬਰ ਆ ਜਾਣਾ ਜਿੱਤੇ ਦੇ ਪਿਤਾ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਮੇਰਾ ਖਾਨਿਓ ਗਈ ਉਸ ਤੋਂ ਬਾਅਦ ਹੈ ਆਪਣਾ ਪੈਰ ਜਮਣਾ ਤਾਂ ਪੈਰ ਜਮਣੇ ਦਾ ਕੀ ਆ ਜਾਏਗਾ ਇੱਥੇ ਆਪਣਾ ਦੇਖ ਸਕਦੇ ਹੋ ਇੱਥੇ ਹਾਂਜੀ ਪੈਰ ਜਮਣਾ ਤਾਂ ਭਈ ਮਤਲਬ ਕੀ ਸਥਿਰ ਹੋਣਾ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਵਿੱਚ ਪੈਰ ਜਮਾਉਣ ਮਗਰੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਹੈ ਆਪਣਾ ਝਗ ਛੱਡਣਾ ਠੀਕ ਹੈ ਜੀ ਝਗ ਛੱਡਣਾ ਮਤਲਬ ਦੇਖੋ ਦੋਸਤੋ ਕੀਏ تھے ਝਗ ਛੱਡਣਾ ਦਾ ਆ ਰਿਹਾ ਇੱਥੇ ਆਪਣਾ ਝਗ ਛੱਡਣਾ ਇੱਥੇ ਸੀਗਾ ਆ ਆ ਆ ਆ ਆ ਆ ਰਿਹਾ ਦੋਸਤੋ ਝਗ ਛੱਡਣਾ ਤਾਂ ਦੇਖੋ ਇਹਦਾ ਆਨਸਰ ਇਹ ਆਏਗਾ ਝਗਾ ਸੌਰੀ ਝਗ ਛੱਡਣਾ ਯਾਨਕੀ ਗੁੱਸੇ ਵਿੱਚ ਜਿਹੜਾ ਹੈਗਾ ਝਗ ਛੱਡਣ ਦੀ ਥਾਂ ਸਿਆਣਪ ਨਾਲ ਝਗੜੇ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਯਾਨਕੀ ਗੁੱਸੇ ਵਿੱਚ ਆਣਾ ਤੇ ਇਸਦਾ ਕੀ ਮਤਲਬ ਹੈ ਕਿ ਗੁੱਸੇ ਵਿੱਚ ਝਗ ਛੱਡਣ ਦੀ ਥਾਂ ਸਿਆਣਪ ਨਾਲ ਝਗੜੇ ਦਾ ਨਿਪਟਾਰਾ ਕਰਨਾ ਚਾਹੀਦਾ ਇਹ ਤੁਹਾਡਾ ਆਨਸਰ ਹੋ ਗਿਆ ਅਗਲਾ ਹੈ ਆਪਣਾ ਦੋਸਤੋ ਬਿੱਲੀ ਲਈ ਛਿੱਕਾ ਟੁੱਟ ਪੈਣਾ ਬਿੱਲੀ ਲਈ ਜਿਹੜਾ ਹੈਗਾ ਵਾ ਛਿੱਕਾ ਟੁੱਟ ਪੈਣਾ ਦੇਖਦੇ ਹਾਂ ਤਾਂ ਸਾਨੂੰ ਇਹ ਮਿਲਿਆ ਵਾ ਛਿੱਕਾ ਟੁੱਟਾ ਬਿੱਲੀ ਦੀ ਭਾਗੀ ਉਹ ਨਹੀਂ ਮਿਲਿਆ ਇਸ ਦੇ ਰਿਲੇਟਡ ਆ ਜਦ ਕਿਸੇ ਤੇਰੇ ਦਾ ਜਿਹੜਾ ਹੈਗਾ ਅਚਨ ਚੇਤ ਨੁਕਸਾਨ ਹੋ ਜਾਵੇ ਤਾਂ ਉਸ ਤੋਂ ਕੋਈ ਹੋਰ ਜਿਹੜਾ ਹੈਗਾ ਵਾ ਜਣਾ ਲਾਭ ਉਠਾ ਲਵੇ ਤਾਂ ਕਹਿੰਦੇ ਹਨ ਇਹ ਵਾਲਾ ਠੀਕ ਹੈ ਜੀ ਠੀਕ ਹੈ ਦੋਸਤੋ ਸਾਨੂੰ ਆ ਲੱਭਿਆ ਸੀਗਾ ਬਾਕੀ ਅਗਰ ਤੁਹਾਨੂੰ ਲੱਗਦਾ ਕਿ ਇਹ ਦਾ ਕੁਝ ਹੋਰ ਆਏਗਾ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਆ ਵਾਲੇ ਪ੍ਰਸ਼ਨ ਦਾ ਆਨਸਰ ਠੀਕ ਹੈ ਜੀ ਅੱਗੇ ਆਪਣਾ ਅੱਡੀ ਨਾ ਲਗਣਾ ਤਾਂ ਇਹਦਾ ਆਨਸਰ ਜਿਹੜਾ ਹੈਗਾ ਉਹ ਆਪਣਾ ਕੀ ਆ ਜਾਏਗਾ ਇੱਕ ਥਾਂ ਟਿਕ ਕੇ ਨਾ ਬੈਠਣਾ ਪ੍ਰੇਤੋ ਦੀ ਤੁਹਾਡੀ ਨਹੀਂ ਲੱਗਦੀ ਸਾਰਾ ਦਿਨ ਕਦੇ ਇਸ ਗਲੀ ਤੇ ਕਦੇ ਉਸ ਗਲੀ ਘੁੰਮਦੀ ਰਹਿੰਦੀ ਹੈ ਉਸ ਤੋਂ ਬਾਅਦ ਹੈ ਆਪਣਾ ਸਿੱਕਾ ਜਮਣਾ ਤਾਂ ਦੇਖੋ ਆਨਸਰ ਕੀ ਇਹਦਾ ਸਿੱਕਾ ਜਮਣਾ ਯਾਨੀ ਕਿ ਮੰਨਿਆ ਪ੍ਰਮੰਨਿਆ ਹੋਣਾ ਮਹਾਰਾਜਾ ਰਣਜੀਤ ਸਿੰਘ ਦੇ ਨਿਆ ਦੇ ਚਾਰੇ ਪਾਸੇ ਸਿੱਕਾ ਜਮਿਆ ਹੋਇਆ ਸੀ अगला है अपना शेर की मुछ फड़ना। ता तो आंसर की आ जाएगा अपना कि ताकतवर नाल अड्डा ला पाकिस्तान ने भारत उपर हमला कर दिता पर उसू पता नहीं सी कि शेर की मुछ न फड़ना उसू हैगा बा महंगा पवेगा आह था आंसर हो गया उस तो बाद अपना प्रश्न है विश्राम चिन्ह ला के दोबारा लिखो रोटी टुक तैयार करना समा लगेगा तो इसका आंसर जोड़ा है ये आ जाएगा सामने आ रहा रोटी टुक तैयार करना समा लगेगा आह थोड़ा तो आंसर हो जाएगा क्वेश्चन मार्क पिछे पा देना वा उस तो बाद जो है व अपना प्रश्न देखो की हैठ तो लिखे अगे है दोस्तों तो हेठ लिखे प्रश्न के संखेप उत्तर दौ तो देखो कि अपना आ वाला ललाते आ वाला जो है ललला जग की अंतर है दोनों तो सेम ही लग रहे हैं नहीं जी नहीं थोड़ा ज्यादा फर्क इतने बिंदी आले ठीक है जी तो चलो यद आंसर देखते हैं आप आ रहा ਆ ਤੁਹਾਡਾ ਪ੍ਰਸ਼ਨ ਕਿਸੇ ਦਾ ਹਾਂਜੀ ਆ ਵਾਲਾ ਠੀਕ ਹੈ ਜੀ ਤਾਂ ਇਹਦਾ ਆਨਸਰ ਜੀ ਦੇ ਸਕਦੇ ਹਾਂ ਦੋਸਤੋ ਅਲੱਲਾ ਤੋਂ ਨੀਂ ਉਚਾਰਨ ਸਮੇ ਜੀਭ ਉੱਪਰਲੇ ਦੰਦਾਂ ਦੇ ਜਿਹੜੇ ਹੈਗੇ ਆ ਅੰਦਰਲੇ ਪਾਸੇ ਛੁੰਦੀ ਹੈ ਪਰ ਆਹ ਵਾਲਾ ਜਿਹੜਾ ਲੱਲਾ ਵਾ ਠੀਕ ਹੈ ਜੀ ਬਿੰਦੀ ਦੇ ਵਿੱਚ ਲਾ ਤਾਂ ਇਹ ਜਿਹੜਾ ਉਚਾਰਨ ਸਮੇ ਜੀਭ ਉਲਟ ਕੇ ਕਠੋਰ ਤਾਲੂ ਨਾਲ ਝੁੰਦੀ ਹੈ ਦੋਹਾਂ ਦੀ ਵਰਤੋਂ ਸ਼ਬਦ ਦੇ ਅਰਥਾਂ ਵਿੱਚ ਪਿੰਤਾ ਪੈਦਾ ਕਰਦੀ ਹੈ ਜਿਵੇਂ ਕਿ ਜਲ ਪਾਣੀ ਜਲ ਬਲ ਬਲ ਸੜ ਤਾਕਤ ਸੜ ਆਹ ਦਿੱਤਾ ਹੋਇਆ ਵਾ ਠੀਕ ਹੈ ਜੀ ਤੁਸੀਂ ਸਾਨੂੰ ਦੇਖ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਪ੍ਰਸ਼ਨ ਆਪਣਾ ਪੰਜਾਬੀ ਵਿੱਚ ਵਿਅੰਜਨ ਧੁਨੀਆਂ ਕਿੰਨੀਆਂ ਹਨ ਤਾਂ ਪੰਜਾਬੀ ਵਿੱਚ ਵਿਅੰਜਨ ਧੁਨੀਆਂ ਦੇਖ ਸਕਦੇ ਹੋ ਕਿੰਨੀਆਂ ਹੁੰਦੀਆਂ ਹਨ ਤਾਂ ਪੰਜਾਬੀ ਵਿੱਚ ਜਿਹੜੀਆਂ ਹੈਗੀਆਂ ਨੇ ਵਿਅੰਜਨ ਧੁਨੀਆਂ ਇੱਥੇ ਲਿਖਿਆ ਵੀ ਹੋਏਗਾ ਦੋਸਤੋ ਆਪਣਾ ਹਾਂਜੀ ਦੇਖੋ ਪੰਜਾਬੀ ਵਿੱਚ ਜਿਹੜਾ ਹੈਗਾ ਵਾ ਸਸੇ ਤੋਂ ਲੈ ਕੇ ਰਾੜੇ ਤੱਕ ਸਾਰੀਆਂ ਹੀ ਧੁਨੀਆਂ ਹੀ ਵਿਅੰਜਨ ਹਨ ਠੀਕ ਹੈ ਜੀ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਹੈ ਆਪਣਾ ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਅੰਤਰ ਕੀ ਹੈ ਤਾ ਇਹਦਾ ਆਨਸਰ ਦੇਖਦੇ ਆਂ ਇੱਥੇ ਹੋਏਗਾ ਕਿ ਨਹੀਂ ਇੱਥੇ ਹਾਂਜੀ ਇੱਥੇ ਆਨਸਰ ਤਾਂ ਦੇਖੋ ਦੋਸਤੋ ਜਿਹੜਾ ਹੈਗਾ ਵਾ ਗੁਰਮੁਖੀ ਲਿਪੀ ਕੀ ਹੈ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਮੁੱਖ ਲਿਪੀ ਹੈ ਇਸ ਲਿਪੀ ਵਿੱਚ ਪੰਜਾਬੀ ਭਾਸ਼ਾ ਦਾ ਸਹਿਤ ਲਿਖਿਆ ਗਿਆ ਹੈ ਗੁਰਮੁਖੀ ਦਾ ਅਰਥ ਹੈ ਗੁਰੂ ਦੇ ਮੂੰਹੋਂ ਨਿਕਲਣ ਵਾਲੀ ਗੁਰਮੁਖੀ ਠੀਕ ਹੈ ਜੀ ਬੋਲੀ ਠੀਕ ਹੈ ਸੌਰੀ ਕੀ ਹੈ ਦੁਬਾਰਾ ਪੜ੍ਹੋ ਇਸ ਨੂੰ ਜਿਹੜਾ ਹੈਗਾ ਵਾ ਆਪਣਾ ਗੁਰੂ ਦੇ ਮੂੰਹੋਂ ਨਿਕਲਣ ਵਾਲੀ ਬੋਲੀ ਗੁਰਮੁਖੀ ਸਭ ਤੋਂ ਪਹਿਲਾਂ ਸਿੱਖ ਅਦੇ ਜਿਹੜੇ ਸਿੱਖਾਂ ਦੇ ਦੇੜੇ ਹੈਗੇ ਦੂਜੇ ਗੁਰੂ ਅੰਗਦ ਦੇਵ ਜੀ ਦੁਆਰਾ ਪ੍ਰਵਾਨ ਕੀਤੀ ਗਈ ਸੀ ਗੁਰਮੁਖੀ ਦੇ ਸਵਰ ਤੇ ਅੱਖਰ ਇਸ ਪ੍ਰਕਾਰ ਹਨ ਜਿਵੇਂ ਕਿ ਤੁਸੀਂ ਆਹ ਥੱਲੇ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਇਹ ਤੁਹਾਡਾ ਹੋ ਗਿਆ ਗੁਰਮੁਖੀ ਲਿਪੀ ਕੀ ਹੈ ਇਹ ਹੈਗਾ ਹੁਣ ਆਪਣਾ ਕੀ ਬਰਡਮਾਲਾ ਕੀ ਹੁੰਦੀ ਹੈ ਤਾਂ ਵਿਸ਼ੇਸ਼ ਤਰਤੀਬ ਵਿੱਚ ਲਿਖੀ ਕਿਸੇ ਲਿਪੀ ਦੇ ਸਾਰੇ ਅੱਖਰਾਂ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਇਹ ਡਿਫਰੈਂਸ ਹੋ ਗਿਆ ਠੀਕ ਹੈ ਦੋਸਤੋ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਆਪਾਂ ਕਰ ਲਿਆ ਤੇ ਹੁਣ ਜਿਹੜਾ ਹੈਗਾ ਵਾ ਆਪਾਂ ਕੀ ਕਰਨਾ ਵਾ ਅ ਹਾਂਜੀ ਊੜਾ ਅੱਖਰ ਨਾਲ ਕਿਹੜੇ ਨਸਕੀ ਚਿੰਨ ਦੀ ਵਰਤੋਂ ਹੁੰਦੀ ਹੈ ਤਾਂ ਆ ਦੇਖੋ ਦੋਸਤੋ ਇਸ ਦਾ ਆਨਸਰ ਆਏਗਾ ਕੇਵਲ ਬਿੰਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਪ੍ਰਸ਼ਨ ਅਦਕ ਕਿਹੜੀ ਲਗ ਨਾਲ ਲੱਗਦਾ ਹੈ ਤਾ ਅੱਧਕ ਜਿਹੜਾ ਹੈਗਾ ਵਾ ਮੁਕਤਾ ਤੇ ਸਿਹਾਰੀ ਤੇ ਔਂਕੜ ਲੱਗ ਨਾਲ ਲੱਗਦਾ ਹੈ ਉਸ ਤੋਂ ਬਾਅਦ ਆਪਣਾ ਯੋਜਕ ਜਾਂ ਫਿਰ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ਉਦਾਹਰਣ ਸਹਿਤ ਦੱਸੋ ਤਾਂ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ਉਹ ਸ਼ਬਦ ਜੋ ਕਿਸੇ ਨਾਉ ਜਾਂ ਪੜਨਾਮ ਦੇ ਗੁਣ ਅਗੁਣ ਵਿਸ਼ੇਸ਼ਤਾ ਜਾਂ ਗਿਣਤੀ ਮਿੰਟੀ ਦੱਸਣ ਉਹਨਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ ਜਿਵੇਂ ਕਿ ਕਾਲਾ ਗੋੜਾ ਗੋਰਾ ਚੰਗਾ ਬੂਰਾ 3 4 15 ਆਦਿ 20 ਉਸ ਤੋਂ ਬਾਅਦ ਅਸੀਗਾ ਆਪਣਾ ਯੋਜਕ ਯੋਜਕ ਬੀਤਾ ਹੈਗਾ ਬਾ ਨਾਲ ਤਾਂ ਯੋਜਕ ਜਿਹੜੇ ਸ਼ਬਦ ਜਿਹੜੇ ਸ਼ਬਦ ਦੋ ਵਾਕਾਂ ਦੇ ਵਕਾਂਸ਼ਾਂ ਜਾਂ ਫਿਰ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਸ ਨੂੰ ਯੋਜਕ ਆਖਿਆ ਜਾਂਦਾ ਹੈ ਤੇ ਨਾਲੇ ਕੀ ਕਿਉਂ ਕਿ ਸੱਗੋ ਆਦ ਉਸ ਤੋਂ ਬਾਅਦ ਅਸੀਗਾ ਆਪਣਾ ਪ੍ਰਸ਼ਨ ਹਾਂਜੀ ਕੀ ਭਾਈ ਸੰਯੁਗ ਹਾਂਜੀ ਸੰਯੁਕਤ ਕਿਰਿਆ ਅਕਹਿਰੀ ਕਿਰਿਆ ਨਾਲੋਂ ਕਿਵੇਂ ਵੱਖਰੀ ਹੈ ਸੰਯੁਕਤ ਕਿਰਿਆ ਤੇ ਅਕਹਿਰੀ ਕਿਰਿਆ ਆਹੀ ਪ੍ਰਸ਼ਨ ਹੈ ਨਾ ਤੁਹਾਡਾ ਹਾਂਜੀ ਸੰਯੁਕਤ ਕਿਰਿਆ ਤੇ ਇਕਹਿਰੀ ਕਿਰਿਆ ਤਾਂ ਇਹਦਾ ਡਿਫਰੈਂਸ ਆ ਰਿਹਾ ਦੋਸਤੋ ਸੰਯੁਕਤ ਕਿਰਿਆ ਕੀ ਹੈ ਸਭ ਤੋਂ ਪਹਿਲਾਂ ਇਕਹਿਰੀ ਕਿਰਿਆ ਦੇਖੋ ਜਦੋਂ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਤਾਂ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਦੋਸਤੋ ਲੀ ਕਾਰਬੂਜੀਅਰ ਹਾਂਜੀ ਲੀ ਕਾਰਬੂਜੀਅਰ ਨੇ ਇਸ ਸ਼ਹਿਰ ਦੀ ਸਾਰੀ ਆਪਣੀ ਨਿਗਰਾਨੀ ਹਟ ਕਰਵਾਈ ਠੀਕ ਹੈ ਜੀ ਮਾਰਕੀਟਾਂ ਦੇ ਅੱਗੇ ਪਾਰਕਿੰਗ ਲਈ ਖੁੱਲਿਆ ਥਾਵਾਂ ਹਨ ਉੱਪਰ ਲਿਖੇ ਵਾਕਾਂ ਵਿੱਚ ਮੋٹے ਸ਼ਬਦ ਇਕਹਿਰੀ ਕਿਰਿਆ માં ਹਨ ਜਿਵੇਂ ਕਿ ਆਹ ਵਾਲਾ ਅੱਗੇ ਹੈ ਸੰਯੁਕਤ ਕਿਰਿਆ ਤਾਂ ਜਦੋਂ ਕਈ ਜਦੋਂ ਕੋਈ ਕਿਰਿਆ ਜਿਹੜਾ ਹੈਗਾ ਵਾ ਇੱਕ ਤੋਂ ਵੱਧ ਸ਼ਬਦਾਂ ਦੇ ਸੰਜੋਗ ਤੋਂ ਬਣੇ ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ ਹਰੇਕ ਸੈਕਟਰ ਵਿੱਚ ਸਕੂਲ ਸਿਹਤ ਕੇਂਦਰ ਮਨੋਰੰਜਨ ਸਥਾਨ ਖੇਡ ਲਈ ਪਾਰਕ ਤੇ ਮਾਰਕੀਟਾਂ ਬਣੀਆਂ ਹੋਈਆਂ ਹਨ ਪੰਜਾਬ ਯੂਨੀਵਰਸਿਟੀ ਪੂਰੇ ਦੋ ਸੈਕਟਰਾਂ ਵਿੱਚ ਫੈਲੀ ਹੋਈ ਹੈ ਸਾਰੇ ਵਿਦਿਆਰਥੀ ਕੰਮ ਕਰਨ ਲੱਗੇ ਹੋਏ ਹਨ ਉਪਰੋਕਤ ਵਕਤਾ ਵਿੱਚ ਮੋٹے ਸ਼ਬਦ ਸੰਯੁਕਤ ਕਿਰਿਆ ਹਨ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਇਹ ਹੋ ਜਾਵੇਗਾ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਕਿ 'ਹੇਟ' ਲਿਖਿਆ ਨੂੰ ਜਿਹੜਾ ਹੈਗਾ ਵਚਨ ਤੇ ਲਿੰਗ ਬਦਲੇ ਨੂੰ ਪਰੰਤ ਦੋ ਵੱਖਰੇ-ਵੱਖਰੇ ਵਾਕ ਬਣਾਓ ਛੋਟੀਆਂ ਲੜਕੀਆਂ ਖੇਡਦੀਆਂ ਹਨ ਤਾਂ ਇਸ ਦਾ ਆਨਸਰ ਜਿਹੜਾ ਹੈਗਾ ਬਈ ਆਏਗਾ ਦੇਖੋ ਕੀ ਹੈ ਛੋਟੀ ਕੁੜੀਆਂ ਜਾਂ ਫਿਰ ਲੜਕੀਆਂ ਖੇਡਦੀਆਂ ਹਨ ਇੱਥੇ ਆਪਾਂ ਲਿਖਾਂਗੇ ਲਿੰਗ ਬਦਲ ਕੇ ਛੋਟੇ ਮੁੰਡੇ ਖੇਡਦੇ ਹਨ ਛੋਟੇ ਛੋਟੀ ਕੁੜੀਆਂ ਖੇਡਦੀਆਂ ਹਨ ਛੋਟੀ ਕੁੜੀ ਖੇਡਦੀ ਹੈ ਠੀਕ ਹੈ ਜੀ ਵਚਨ ਇਹਦਾ ਇਹ ਆਵੇਗਾ ਇੱਥੇ ਬਸ ਡਿਫਰੈਂਸ ਇੰਨਾ ਹੀ ਹੈ ਬਸ ਲੜਕੀਆਂ ਦੀ ਜਗ੍ਹਾ ਆਪਾਂ ਕੁੜੀਆਂ ਜਾਂ ਫਿਰ ਕੁੜੀਆ ਜਾਂ ਫਿਰ ਕੁੜੀ ਲਿਖਾਂਗੇ ਉਸ ਤੋਂ ਬਾਅਦ ਹੈ ਦੋਸਤੋ ਕਿ ਇਹ ਹਿੱਟ ਲਿਖੇ ਵਕਤਨੂ ਭੂਤਕਾਲ ਤੇ ਭਵਿੱਖ ਕਾਲ ਵਿੱਚ ਬਦਲੇ ਨੂੰ ਪ੍ਰੰਤ ਦੋ ਵੱਖਰੇ ਵੱਖਰੇ ਵਾਕਾਂ ਵਿੱਚ ਵੱਡੋ ਠੀਕ ਹੈ ਜੀ ਉਹ ਖੇਡਦਾ ਹੈ ਠੀਕ ਹੈ ਤਾਂ ਇਸ ਨੂੰ ਜਿਹੜਾ ਹੈਗਾ ਵਾ ਆਪਾਂ ਲਿਖ ਸਕਦੇ ਆ ਉਹ ਖੇਡ ਰਿਹਾ ਸੀ ਠੀਕ ਹੈ ਜੀ ਪਾਸਟਾ ਉਹ ਖੇਡੇਗਾ ਇਹ ਫਿਊਚਰ ਦੀ ਗੱਲ ਹੋ ਰਹੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਹਾਂਜੀ ਪਾਸਟ ਮਤਲਬ ਭੂਤਕਾਲ ਤੇ ਭਵਿੱਖ ਕਾਲ ਮਤਲਬ ਫਿਊਚਰ ਅੱਗੇ ਹੈ ਆਪਣਾ ਉੜਕ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੋਏਗਾ ਉੜਕ ਦਾ ਜਿਹੜਾ ਹੈਗਾ ਵਾ ਇੱਥੇ ਦੇਖ ਸਕਦੇ ਹੋ ਕਿ ਕੀ ਆਏ ਜਾਏਗਾ ਆਪਣਾ ਇੱਥੇ ਇਦਾ ਹੈਗਾ ਦੋਸਤੋ ਅਖੀਰ ਅੰਤ ਅਤੇ ਛੇੜਕ ਛੇਕੜ ਅੱਗੇ ਆਪਣਾ ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ ਤਾਂ ਉਸ ਨੂੰ ਜਿਹੜਾ ਹੈਗਾ ਵਾ ਕੀ ਕਹਿੰਦੇ ਆ ਉਹ ਲੜਾਈ ਜਿੱਥੇ ਬਹੁਤ ਸਾਰੇ ਵਿਅਕਤੀ ਮਾਰੇ ਜਾਣ ਕਲੂਕਾਰਾ ਅੱਗੇ ਹੈ ਆਪਣਾ ਪ੍ਰਸ਼ਨ ਕੀ ਦਵਰਾ ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ਤਾਂ ਆ ਰਿਹਾ ਇਸ ਦਾ ਭਈ ਦਵਰਾ ਨੇਤਾ ਜੀ ਨੇ ਜਿੱਤਣ ਤੋਂ ਬਾਅਦ ਆਪਣੇ ਹਲਕੇ ਦਾ ਧੰਨਵਾਦੀ ਦਵਰਾ ਕੀਤਾ ਕਸਰਤ ਕਰਨ ਨਾਲ ਖੁੰਦਾ ਦਵਰਾ ਤੇ ਜੁੰਦਾ ਹੈ ਸਬਿਤਰੀ ਨੂੰ ਮਿਰਗੀ ਦੇ ਦਵਰਾ ਪੈਂਦਾ ਹੈ ਜਿਹੜੇ ਵਰਤਨ ਅ ਵਿੱਚ ਲਲਾਰੀ ਪੱਗਾ ਨੂੰ ਜਿਹੜੀ ਹੈਗੀ ਮਾਵਾ ਲਾਉਂਦਾ ਹੈ ਉਸ ਨੂੰ ਦौरा ਕਹਿੰਦੇ ਹਨ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਇਸ ਤੋਂ ਬਾਅਦ ਦੇਖ ਲਓ ਕੋਈ ਵੀ ਹੁਣ ਪ੍ਰਸ਼ਨ ਨਹੀਂ ਬਚਿਆ ਵਾ ਸਾਰਾ ਦਾ ਸਾਰਾ ਪ੍ਰਸ਼ਨ ਪੱਤਰ ਅਸੀਂ ਹੱਲ ਕਰਕੇ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਆ ਸੀਗਾ ਪੰਜਾਬੀ 20 ਦਾ ਇੱਕ ਜਿਹੜਾ ਹੈਗਾ ਪੇਪਰ ਠੀਕ ਹੈ ਜੀ ਪਿਛਲੇ ਸਾਲ ਦਾ ਜਿਹੜਾ ਕਿ ਸਾਡੇ ਕੋਲ ਪਹੁੰਚਿਆ ਸੀਗਾ ਅਸੀਂ ਸੋਲਵ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਆਪਾਂ ਸ਼ਾਂਤੀ ਗੈਸ ਪੇਪਰ ਵੀ ਕਰਾ ਦਿੱਤਾ ਵਾ ਸ਼ਾਂਤੀ ਗੈਸ ਪੇਪਰ ਤੋਂ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਫੁੱਲ ਫਲੈਜ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਣਾ ਤੁਸੀਂ